ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਪਿਛਲੀ ਵੀਡੀਓ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਹੁਣ ਤੱਕ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਪੰਜਾਬ ਪਟਵਾਰੀ ਦੀ ਜਿਹੜੀ ਭਰਤੀ ਉਹ ਬਹੁਤ ਜਲਦ ਆਉਣ ਵਾਲੀ ਹੈ ਕਿਉਂਕਿ ਪੀ ਟ੍ਰਿਪਲ ਐਸ ਬੀ ਬੋਰਡ ਨੂੰ ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਮਿਲ ਚੁੱਕੀ ਹੈ ਬਹੁਤ ਜਲਦੀ ਹੁਣ ਆਪ ਨੂੰ ਇਸ ਦਾ ਐਡਵਰਟਾਈਜ਼ਮੈਂਟ ਜਿਹੜੀ ਉਹ ਦੇਖਣ ਨੂੰ ਮਿਲੇਗੀ ਲਗਭਗ ਸਾਰੇ ਕੈਂਡੀਡੇਟ ਇਸ ਦਾ 1.5 ਤੋਂ 2 ਸਾਲ ਤੋਂ ਇੰਤਜ਼ਾਰ ਕਰ ਰਹੇ ਸਨ ਉਨਾਂ ਦੀ ਉਹ ਡਿਕ ਬਹੁਤ ਜਲਦ ਖਤਮ ਹੋਣ ਵਾਲੀ ਹੈ ਇਸ ਲਈ ਸਾਰੇ ਜਿਹੜੇ ਆਪਣੀ ਆਪਣੀ ਸੰਬੰਧੀ ਤਿਆਰੀ ਜਿਹੜੀ ਉਹ ਸ਼ੁਰੂ ਕਰ ਦੇਵੋ ਅੱਜ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਇਸ ਸੰਬੰਧੀ ਸਾਰੇ ਡਿਟੇਲ ਜਿਹੜਾ ਇਹਦਾ ਸਿਲੇਬਸ ਹੈ ਉਸ ਉੱਤੇ ਚਾਨਣਾ ਪਾਵਾਂਗਾ ਕਿ ਕਿਹੜੇ-ਕਿਹੜੇ ਸਬਜੈਕਟ ਚੋਂ ਕਿੰਨੇ-ਕਿਨੇ ਨੰਬਰ ਤੇ ਮਾਰਕਸ ਦਾ ਇਹ ਜਿਹੜਾ ਇਗਜ਼ਾਮ ਹੋਵੇਗਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂਗਾ ਕਿ ਇਸ ਚੈਨਲ ਉੱਤੇ ਅਸੀਂ ਤੁਹਾਡੇ ਨੂੰ ਪੰਜਾਬ ਪਟਵਾਰੀ ਦੀ ਸੰਬੰਧੀ ਪੂਰੀ ਤਿਆਰੀ ਜਿਹੜੀ ਪੇਪਰ ਦੀ ਉਹ ਕਰਵਾਵਾਂਗੇ ਜਿਸ ਵਿੱਚ ਕੇ ਮੈਥ ਰੀਜਨਿੰਗ ਜੀਕੇ ਤੇ ਇੰਗਲਿਸ਼ ਵਗੈਰਾ ਦਾ ਸਾਰਾ ਸਿਲੇਬਸ ਕਵਰ ਹੋਏਗਾ ਤੁਹਾਡਾ ਇਸ ਲਈ ਜਿਨ੍ਹਾਂ ਜਿਨ੍ਹਾਂ ਨੇ ਇਹ ਇਗਜ਼ਾਮ ਪੜਨਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਲੈਣ ਤਾਂ ਕਿ ਤੁਹਾਨੂੰ ਇਸ ਸੰਬੰਧੀ ਜਿਹੜੀ ਲੇਟੈਸਟ ਇਨਫੋਰਮੇਸ਼ਨ ਤੇ ਕੋਈ ਵੀ ਅਪਡੇਟ ਹੋ ਸਭ ਤੋਂ ਪਹਿਲਾਂ ਪ੍ਰਾਪਤ ਹੁੰਦਾ ਰਹੇ ਇਸ ਤੋਂ ਇਲਾਵਾ ਇਸ ਭਰਤੀ ਦੀ ਐਡਵਰਟਾਈਜ਼ਮੈਂਟ ਤੇ ਹੋਰ ਲੇਟੈਸਟ ਇਨਫੋਰਮੇਸ਼ਨ ਦੇ ਲਈ ਸਾਡੇ ਚੈਨਲ ਟੈਲੀਗ੍ਰam ਅਤੇ ਇੰਸਟਾਗ੍ਰam ਨੂੰ ਜੁਆਇਨ ਕਰ ਲਵੋ ਜਿਨ੍ਹਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਦਿੱਤੇ ਹੋਏ ਹਨ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਮੈਂ ਕਿਉਂਕਿ ਇਸ ਪ੍ਰਤੀ ਨੂੰ ਐਸਐਸ ਬੋਰਡ ਦੁਆਰਾ ਹੀ ਕੰਡਕਟ ਕਰਵਾਇਆ ਜਾਵੇਗਾ ਇਸ ਲਈ ਇਹਦਾ ਸਿਲੇਬਸ ਜਿਹੜਾ ਉਹ ਸੇਮ ਹੀ ਰਹੇਗਾ ਤੁਸੀਂ ਆਪਣੇ ਸਕਰੀਨ ਉੱਤੇ ਦੇਖ ਸਕਦੇ ਹੋ ਜਿਹੜਾ ਟੋਟਲ ਪੇਪਰ ਹੈ ਇਹ 100 ਨੰਬਰ ਦਾ ਪੇਪਰ ਹੋਏਗਾ ਜਿਸ ਵਿੱਚ ਕਿ ਜਨਰਲ ਨੋਲੇਜ ਜਿਹੜੀ ਉਹ 15 ਨੰਬਰ ਦੀ ਹੋਏਗੀ ਮੈਂਟਲ ਅਬਿਲਿਟੀ 20 ਨੰਬਰ ਦੀ ਹੋਏਗੀ ਅਰਥਮੈਟਿਕਲ ਸਕਿਲਸ ਜਿਹੜੇ ਮੈਨਸੂਰੇਸ਼ਨ ਹੈ ਉਹ 15 ਨੰਬਰ ਦਾ ਹੋਏਗਾ ਜਿਹੜਾ ਮੈਥ ਹੈ ਉਹ ਮੈਨਸੂਰੇਸ਼ਨ ਵਿੱਚੋਂ 15 ਨੰਬਰ ਦਾ ਆਏਗਾ ਅਰਥਮੈਟਿਕ ਸਕਿਲਸ ਅਕਾਊਂਟਸ ਵਿੱਚੋਂ ਜਿਹੜਾ ਮੈਥ ਹੈ ਉਹ 10 ਨੰਬਰ ਦਾ ਆਏਗਾ ਅਗੇ ਸ ਵਿੱਚ 5 ਨੰਬਰ ਦੇ ਇੰਗਲਿਸ਼ ਦੇ ਕੁਐਸਚਨ ਆਣਗੇ ਅਤੇ 5 ਹੀ ਨੰਬਰ ਦੇ ਪੰਜਾਬੀ ਦੇ ਕੁਐਸਚਨ ਆਣਗੇ ਕੰਪਿਊਟਰ ਇਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸੈਕਸ਼ਨ ਹੈ ਕਿਉਂਕਿ ਕੰਪਿਊਟਰ ਵਿੱਚੋਂ ਇਸ ਵਿੱਚ 15 ਕੁਐਸਚਨ ਜਿਹੜੇ ਤੁਹਾਡੇ ਆਉਂਦੇ ਹਨ ਐਗਜ਼ਾਮ 'ਚ ਅਤੇ 10 ਨੰਬਰ ਤੁਹਾਡੇ ਐਗਰੀਕਲਚਰ ਸੈਕਸ਼ਨ ਵਿੱਚੋਂ ਆਣਗੇ ਅਤੇ 5 ਨੰਬਰ ਤੁਹਾਡੇ ਪੰਜਾਬ ਹਿਸਟਰੀ ਐਂਡ ਕਲਚਰ ਵਿੱਚੋਂ ਹੋਣਗੇ ਟੋਟਲ ਮਿਲਾ ਕੇ ਇਹ 100 ਨੰਬਰ ਬਣਦੇ ਹਨ ਇਸ ਤਰ੍ਹਾਂ ਦਾ ਤੁਹਾਡੇ ਇਹ ਸਾਰੇ ਸੈਕਸ਼ਨ ਹੋਣਗੇ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਸਿਲੇਬਸ ਹੈ ਇਹਨਾਂ ਇਹਨਾਂ ਟੌਪਿਕਾਂ ਵਿੱਚੋਂ ਹੀ ਪੜ੍ਹਨਾ ਹੈ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਇਹਨਾਂ ਸਾਰੇ ਸਬਜੈਕਟਾਂ ਲਈ ਅਸੀਂ ਕਿਹੜੀ-ਕਿਹੜੀ ਬੁੱਕਾਂ ਜਿਹੜੀਆਂ ਤੁਸੀਂ ਫੋਲੋ ਕਰ ਸਕਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਦਿਓ ਮੈਂ ਇਹਨਾਂ ਦੀਆਂ ਸਾਰੀਆਂ ਸਬਜੈਕਟਾਂ ਦੀਆਂ ਬੁੱਕਸ ਉੱਤੇ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗਾ ਅਤੇ ਨਾਲ ਹੀ ਉਹਨਾਂ ਸਾਰੀਆਂ ਬੁੱਕਸ ਦੇ ਆਨਲਾਈਨ ਬਾਈ ਦੇ ਲਿੰਕ ਵੀ ਤੁਹਾਨੂੰ ਦੇ ਦੇਵਾਂਗਾ ਜਿੱਥੋਂ ਤੁਸੀਂ ਉਹਨਾਂ ਬੁੱਕਸ ਨੂੰ ਬਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਮੈਂ ਅੱਗੇ ਜਿਹੜਾ ਪੰਜਾਬ ਪਟਵਾਰੀ ਦਾ ਪ੍ਰੀਵियस ਇਅਰ ਦੇ ਐਗਜ਼ਾਮ ਹੈ ਉਹਨਾਂ ਵਿੱਚੋਂ ਕੁਝ ਕੁਐਸਚਨ ਦੀਆਂ ਵੀਡੀਓਜ਼ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਾਂਗਾ ਜਿਸ ਤੇ ਤੁਹਾਨੂੰ ਆਈਡੀਆ ਹੋ ਜਾਵੇਗੇ ਕਿ ਇਸ ਇਗਜ਼ਾਮ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਇਸ ਤੋਂ ਇਲਾਵਾ ਜੇਕਰ ਤੁਸੀਂ ਉਹ ਵੀਡੀਓਜ਼ ਵੀ ਦੇਖਣਾ ਚਾਹੁੰਦੇ ਹੋ ਅਤੇ ਕਦੋਂ ਇਸ ਦਾ ਐਡਵਰਟਾਈਜ਼ਮੈਂਟ ਆਏਗੀ ਇਸ ਦੀ ਜਾਣਕਾਰੀ ਜੇਕਰ ਤੁਸੀਂ ਸਭ ਤੋਂ ਪਹਿਲਾਂ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੁੜ ਦਵਾ ਲਿਓ ਤਾਂ ਕਿ ਤੁਸੀਂ ਕਿਸੇ ਵੀ ਵੀਡੀਓ ਤੋਂ ਵਾਂਝੇ ਨਾ ਰਹਿ ਜਾਓ ਇਸ ਤੋਂ ਇਲਾਵਾ ਇਸੇ ਪਰਤੀ ਸੰਬੰਧੀ ਹੋਰ ਇਨਫੋਰਮੇਸ਼ਨ ਲਈ ਤੁਸੀਂ ਸਾਡੇ ਟੈਲੀਗ੍ਰam ਅਤੇ ਇੰਸਟਾਗ੍ਰam ਗਰੁੱਪਾਂ ਨੂੰ ਜੁਆਇਨ ਕਰ ਸਕਦੇ ਹੋ ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਅੱਜ ਦੀ ਵੀਡੀਓ ਵਿੱਚ ਐਨਆਈ ਮਿਲਦੇ ਆਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਨਫੋਰਮੇਸ਼ਨ ਨਾਲ ਤਦ ਤੱਕ ਲਈ ਧੰਨਵਾਦ